ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਰਮਨ, ਗੁਰੂ ਕਿਰਪਾ ਇੰਸਟੀਚਿਊਟ ਤੋਂ। ਅੱਜ ਸਾਡੇ ਕਲਾਇੰਟ ਸੰਦੀਪ ਸਿੰਘ ਜੋ ਕਿ ਸੰਤੂ ਵਾਲੇ ਤੋਂ ਬਿਲੋਂਗ ਕਰਦੇ ਨੇ, ਅੱਜ ਫਾਈਨਲੀ ਇਹਨਾਂ ਦੇ 6 ਈਚ ਬੈਂਡਸ ਆ ਚੁੱਕੇ ਨੇ। ਤਾਂ ਮੈਂ ਦੱਸਣਾ ਚਾਹੂੰਗਾ, ਪਹਿਲਾਂ ਵੀ ਕਾਫੀ ਸੈਂਟਰਾਂ 'ਚ ਇਹਨਾਂ ਨੇ ਕੋਚਿੰਗ ਲੈ ਲਈ ਸੀਗੀ, ਬਟ ਇਹ ਸੈਟਿਸਫਾਈ ਨਹੀਂ ਸੀਗੇ, ਇਹਨਾਂ ਦਾ ਲੈਵਲ ਨਹੀਂ ਬਣ ਪਾ ਰਿਹਾ ਸੀਗਾ। ਫਿਰ ਇਹ ਮੇਰੇ ਕੋਲ ਆਏ ਤਾਂ ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀਗਾ ਵੀ ਜਦੋਂ ਤੁਸੀਂ ਸਾਡੇ ਸੈਂਟਰ 'ਤੇ ਪੜ੍ਹਨ ਲੱਗ ਪਏ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਕਿ ਤੁਹਾਡਾ ਲੈਵਲ ਕਿੱਦਾਂ 6 ਏਜ ਜਾਂ 6.5 ਤੱਕ ਦਾ ਹੋ ਗਿਆ। ਤਾਂ ਚਲੋ ਆਪਾਂ ਪੁੱਛਦੇ ਹਾਂ ਇਹਨਾਂ ਨੂੰ ਸਾਡੀ ਸਰਵਿਸਿਜ਼ ਕਿੱਦਾਂ ਲੱਗੀਆਂ। ਸਰ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ, ਪਲੀਜ਼ ਦੱਸੋ ਸਾਡੀ ਸਰਵਿਸਿਜ਼ ਬਾਰੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੰਦੀਪ ਸਿੰਘ, ਮੈਂ ਸੰਤੂ ਵਾਲੇ ਤੋਂ ਬਿਲੋਂਗ ਕਰਦਾ ਹਾਂ ਅਤੇ ਮੇਰੇ 6 ਈਚ ਬੈਂਡ ਸਕੋਰ ਆਏ ਨੇ। ਇਹ ਸਾਰਾ ਬਦੌਲਤ ਗੁਰੂ ਕਿਰਪਾ ਇੰਸਟੀਟਿਊਟ ਦੇ ਸਟਾਫ ਅਤੇ ਜਰਮਨ ਸਰ ਅਤੇ ਸੁਖਮਨ ਸਰ ਕਰਕੇ ਹੋਇਆ ਆ। ਮੈਨੂੰ ਤਾਂ ਆਸ ਉਮੀਦ ਹੀ ਨਹੀਂ ਸੀ ਮੇਰੇ 6 ਬੈਂਡ ਆ ਜਾਣਗੇ, ਪਰ ਜਦੋਂ ਮੈਂ ਇੱਥੇ ਵਿਜ਼ਿਟ ਕੀਤਾ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਕਦੋਂ 6 ਈਚ ਬੈਂਡ ਸਕੋਰ ਆ ਗਏ। ਜਦੋਂ ਮੈਂ ਇੱਥੇ ਵਿਜ਼ਿਟ ਕੀਤਾ ਸੀ ਉਦੋਂ ਜਰਮਨ ਸਰ ਨੇ ਮੈਨੂੰ ਇੱਕ ਗੱਲ ਕਹੀ ਸੀ ਵੀ ਤੁਹਾਨੂੰ ਇਸ ਤਰੀਕੇ ਨਾਲ ਪੜ੍ਹਾਵਾਂਗੇ ਵੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡਾ ਕਦੋਂ ਲੈਵਲ ਅੱਪ ਹੋ ਗਿਆ ਅਤੇ ਤੁਹਾਡੀ ਇੰਪਰੂਵਮੈਂਟ ਹੋ ਗਈ, ਪਰ ਹੋਇਆ ਵੀ ਇਹੀ। ਅਤੇ ਮੈਨੂੰ ਦੱਸੋ ਵੀ ਤੁਹਾਨੂੰ ਜਿਹੜੀ ਰੀਡਿੰਗ ਐਂਡ ਰਾਈਟਿੰਗ ਦੇ ਵਿੱਚੋਂ ਤੁਸੀਂ ਪਹਿਲਾਂ ਵੀ ਸੈਂਟਰਾਂ 'ਚ ਕਈ ਕੋਚਿੰਗ ਲੈ ਚੁੱਕੇ ਹੋ, ਹੈ ਨਾ, ਜ਼ਿਲ੍ਹੇ ਦੇ ਕਾਫੀ ਸੈਂਟਰਾਂ 'ਚ ਤੁਸੀਂ ਮੈਨੂੰ ਆ ਕੇ ਦੱਸਿਆ ਸੀ ਸਟਾਰਟਿੰਗ ਦੇ ਵਿੱਚ ਕਿ ਸਰ ਮੈਂ ਆਹ ਸੈਂਟਰ 'ਚ ਪੜ੍ਹਿਆ ਹੋਇਆ, ਉੱਥੋਂ ਦੇ ਅਤੇ ਆਹਲੇ ਸੈਂਟਰ ਦਾ ਕੀ ਤੁਹਾਨੂੰ ਡਿਫਰੈਂਸ ਲੱਗਾ ਸਭ ਤੋਂ ਜ਼ਿਆਦਾ? ਡਿਫਰੈਂਸ ਇਹ ਬਹੁਤ ਜ਼ਿਆਦਾ ਆ, ਜਿੱਦਾਂ ਇਹ ਗੁਰੂ ਕਿਰਪਾ ਇੰਸਟੀਟਿਊਟ ਦੇ ਟੀਚਰਸ ਪੜ੍ਹਾਉਂਦੇ ਆ, ਇੱਦਾਂ ਕੋਈ ਇੰਸਟੀਟਿਊਟ ਵਾਲਾ ਨਹੀਂ ਪੜ੍ਹਾਉਂਦਾ ਆ। ਜਿੱਦਾਂ ਰਾਈਟਿੰਗ ਦੇ ਅਤੇ ਰੀਡਿੰਗ ਦੇ ਇਹਨਾਂ ਦੇ ਟਿਪਸ ਸਾਰਿਆਂ ਨਾਲੋਂ ਵੱਖਰੇ ਆ ਅਤੇ ਈਜ਼ੀ ਆ। ਤਾਂ ਤੁਹਾਨੂੰ ਲੱਗਦਾ ਕਿ ਹਰ ਬੱਚਾ ਜਿਹੜਾ ਬੱਚਾ ਬੈਂਡ ਨਹੀਂ ਲੈ ਪਾ ਰਿਹਾ ਉਹ ਇੱਥੇ ਈਜ਼ੀਲੀ ਬੈਂਡ ਅਚੀਵ ਕਰ ਸਕਦਾ? ਜ਼ਰੂਰ ਜੀ, ਮੈਂ ਸਾਰੇ ਬੱਚਿਆਂ ਨੂੰ ਇਹ ਰਿਕਮੈਂਡ ਕਰਦਾ ਹਾਂ ਜਿਨ੍ਹਾਂ ਦੇ ਬੈਂਡ ਸਕੋਰ ਨਹੀਂ ਆਉਂਦੇ ਉਹ ਮਸਟ ਵਿਜ਼ਿਟ ਕਰਨ, ਇੱਥੇ ਜ਼ਰੂਰ ਗਰੰਟੀ ਆ ਉਹਨਾਂ ਦੇ 6 ਤੋਂ ਅਬਵ ਬੈਂਡ ਆਉਣਗੇ। ਥੈਂਕ ਯੂ।